ਗੁਜਰਾਤ ਪੁਲਿਸ ਨੇ 2000 ਦੇ ਨਕਲੀ ਨੋਟ ਛਾਪਣ ਵਾਲੇ ਇੱਕ ਗੈਂਗ ਦਾ ਪਰਦਾ ਫਾਸ਼ ਕਰਦੇ ਹੋਏ ਸਵਾਮੀ ਨਾਰਾਇਣ ਸੰਪਰਦਾਇ ਦੇ ਇੱਕ ਸਾਧੂ ਰਾਧਾ ਰਮਨ ਸਵਾਮੀ ਅਤੇ ਗੈਂਗ ਦੇ 5 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਨਕਲੀ ਨੋਟ ਛਾਪੇ ਜਾਣ ਦਾ ਇਹ ਕੰਮ ਮੰਦਿਰ ਦੇ ਇੱਕ ਆਸ਼ਰਮ ਵਿੱਚ ਕੀਤਾ ਜਾ ਰਿਹਾ ਸੀ। ਇਹ ਮੰਦਿਰ ਸਵਾਮੀ ਨਾਰਾਇਣ ਸੰਪਰਦਾਇ ਦੇ ਵਰਤਾਲ ਮੰਦਿਰ ਦੇ ਅਧੀਨ ਹੈ, ਜੋ 4 ਸਾਲ ਤੋਂ ਨਿਰਮਾਣ ਅਧੀਨ ਹੈ। ਪਿਛਲੇ 2 ਮਹੀਨੇ ਤੋਂ ਇੱਥੇ ਸੂਰਤ ਦੇ ਲੋਕਾਂ ਦਾ ਆਉਣਾ ਜਾਣਾ ਵੱਧ ਗਿਆ ਸੀ, ਪਰ ਧਾਰਮਿਕ ਅਸਥਾਨ ਹੋਣ ਕਾਰਨ ਕਿਸੇ ਨੇ ਵੀ ਇਸ 'ਤੇ ਗੌਰ ਨਹੀਂ ਕੀਤਾ। ਇਹ ਗੈਂਗ ਹੁਣ ਤੱਕ 1,26,00,000 ਰੁਪਏ ਕੀਮਤ ਦੇ ਨਕਲੀ ਨੋਟ ਛਾਪ ਚੁੱਕਿਆ ਹੈ। ਪੁਲਿਸ ਨੇ ਇਸ ਗੈਂਗ ਪਾਸੋਂ 70,00,000 ਰੁਪਏ ਦੇ ਨਕਲੀ ਨੋਟ ਵੀ ਬਰਾਮਦ ਕੀਤੇ ਨੇ। ਇਹ ਨਕਲੀ ਨੋਟਾਂ ਦੀ ਡਿਲੀਵਰੀ ਮੰਦਿਰ ਦੇ ਪ੍ਰਸਾਦ ਲਈ ਵਰਤੇ ਜਾਣ ਵਾਲੇ ਬਕਸਿਆਂ ਵਿੱਚ ਕਰਦੇ ਸਨ, ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋ ਸਕੇ। ਸੂਰਤ ਕ੍ਰਾਈਮ ਬ੍ਰਾਂਚ ਦੇ DSP ਰਾਹੁਲ ਪਟੇਲ ਨੇ ਦੱਸਿਆ ਕਿ ਸਾਧੂ ਦੀ ਪਛਾਣ ਰਾਧਾ ਰਮਨ ਸਵਾਮੀ ਦੇ ਰੂਪ ਵਿੱਚ ਹੋਈ ਹੈ, ਜੋ ਖੇੜਾ ਜ਼ਿਲ੍ਹੇ ਦੇ ਅੰਬਾਵ ਸੁਖੀ ਦੇ ਮੁਵਾੜੀ ਸਥਿਤ ਆਸ਼ਰਮ ਦਾ ਮੁਖੀ ਹੈ। ਕੋ ਇੱਕ ਪੁਖਤਾ ਜਾਣਕਾਰੀ ਮਿਲੀ ਥੀ ਜਿਨਮੇ ਉਨ ਲੋਗੋ ਨੇ ਜਿਨਮੇ ਕ੍ਰਾਈਮ ਬ੍ਰਾਂਚ ਨੇ ਕਾਮ ਕਰਕੇ ਪ੍ਰਤੀਕ ਦਿਲੀਪ ਭਾਈ ਚੋੜਵੜੀਆ ਨਾਮਕ ਇੱਕ ਕਿਸਮ ਕੋ ਪਾਸ ਸੇ ਕਰੀਬਨ 4,00,000 ਰੁਪਏ ਕੀ 2,000 ਕੀ ਡਿਨੋਮੀਨੇਸ਼ਨ ਵਾਲੀ ਨੋਟ ਬਰਾਮਦ ਕੀ ਗਈ ਹੈ। ਉਨਕੋ ਪਕੜਨੇ ਕੇ ਬਾਅਦ ਉਨਸੇ ਪੁੱਛਤਾਛ ਕੀ ਗਈ, ਜਿਨਮੇ ਉਨ੍ਹੋਂਨੇ ਬਤਾਇਆ ਕਿ ਉਨ ਲੋਗੋ ਨੇ ਮਿਲ ਕੇ ਕਰੀਬਨ 4-5 ਲੋਗੋ ਨੇ ਸਾਥ ਮੇ ਮਿਲ ਕੇ ਕਰੀਬਨ 1,00,000 ਰੁਪਏ ਜਿਤਨੀ ये फैक करेंसी छापी हुई है, और उनमें जो शामिल है उनमें उनके नाम निकाल के उनको ट्रेस किया गया, जिनमें से प्रवीण चोपड़ा, गाड़ू चोपड़ा और मोहन माधव नाम के इसमों को सूरत से ही पकड़ा गया, जिनके पास से प्रवीण के पास से 19,00,000, कालू के पास से 15,00,000 और मोहन के पास से 12,00,000 जितने फैक करेंसी की नोटें बरामद की गई, जो सारी 2,000 के डिनोमिनेशन की थी। उनकी ज़्यादा पूछपरछ करने से ये नोटें कहाँ पे छापी गई और उनमें और कौन शामिल हैं, जिनके भागरूप खेड़ा डिस्ट्रिक्ट के अंबाव गांव के पास में एक मंदिर बन रहा है, हिंदू टेंपल है, उनके जो अंडर कंस्ट्रक्शन इलाके में एक रूम थी, उन रूम में इन लोगों ने ये सारा मिला के छापा है, और करीबन 1,01,00,000 से ऊपर की नोटें छापी है, और जिनमें उनके साथ शामिल वही मंदिर में रुके हुए राधा रमन स्वामी नाम के स्वामी को भी पकड़ा गया है, जिनके पास से यही डिनोमिनेशंस की 50,00,000 से ज़्यादा कीमत की नोटें बरामद की गई है। यानी कुल मिला के ये 5 लोगों को पकड़ के 1,00,000 से भी ज़्यादा फेक करेंसी बरामद की गई है, और ऐसे ये लोग जो डुप्लीकेट नोट प्रिंट कर रहे थे और मार्केट में सर्कुलेट करने वाले थे, उनके पहले ही उनको पकड़ के पूरा रैकेट। ਪੁਲਿਸ ਮੁਤਾਬਕ ਇਸ ਗੈਂਗ ਦਾ ਮੁੱਖ ਸੂਤਰਾਧਾਰ ਪ੍ਰਵੀਨ ਚੋਪੜਾ ਨਾਂ ਦਾ ਵਿਅਕਤੀ ਹੈ, ਜੋ ਪਹਿਲਾਂ ਵੀ ਜਾਲੀ ਨੋਟਾਂ ਦੇ ਮਾਮਲੇ ਵਿੱਚ ਫੜਿਆ ਜਾ ਚੁੱਕਿਆ। ਗੁਜਰਾਤ ਵਿੱਚ ਉਸਦੇ ਵਿਰੁੱਧ 10 ਮਾਮਲੇ ਦਰਜ ਨੇ। ਗੁਜਰਾਤ ਤੋਂ ਇਲਾਵਾ ਰਾਜਸਥਾਨ ਅਤੇ ਮਹਾਰਾਸ਼ਟਰ ਦੀ ਪੁਲਿਸ ਵੀ ਉਸਨੂੰ ਫੜ ਚੁੱਕੀ ਹੈ। ਉਸਦਾ ਬੇਟਾ ਕਾਲੂ ਵੀ ਇਸੇ ਧੰਦੇ ਵਿੱਚ ਲੱਗਿਆ ਹੋਇਆ ਸੀ। ਇਹ ਦੋਵੇਂ ਸਵਾਮੀ ਦੇ ਕਮਰੇ ਵਿੱਚ ਜਾਲੀ ਨੋਟ ਛਾਪਦੇ ਸਨ। ਪੁਲਿਸ ਨੇ ਪ੍ਰਵੀਨ ਚੋਪੜਾ ਦੇ ਦੋਸਤ ਮੋਹਨ ਬਾਗੁਰਡੇ, ਪ੍ਰਤੀਕ ਚੋਡਵੱਡੀਆ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਦਕਿ ਪ੍ਰਵੀਨ ਦਾ ਦੂਜਾ ਬੇਟਾ ਫਰਾਰ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸਵਾਮੀ ਰਾਧਾ ਰਮਨ ਨੇ 11 ਸਾਲ ਦੀ ਉਮਰ ਵਿੱਚ ਦੀਕਸ਼ਾ ਲਈ ਸੀ। ਉਹ ਮੂਲ ਰੂਪ ਤੋਂ ਮਹਾਰਾਸ਼ਟਰ ਦੇ ਜਲਗਾਓਂ ਵਿੱਚ ਪੈਂਦੇ ਪਿੰਡ
ਯਾਵਲ ਦਾ ਰਹਿਣ ਵਾਲਾ ਹੈ ਜੋ ਪਿਛਲੇ ਕਰੀਬ 15 ਤੋਂ 20 ਸਾਲਾਂ ਤੋਂ ਗੁਜਰਾਤ ਦੇ ਪਿੰਡ ਅੰਬਾਬ ਖੇੜਾ ਵਿੱਚ ਰਹਿ ਰਿਹਾ ਸੀ। ਇਸ ਗੈਂਗ ਦੀ ਪੋਲ ਉਸ ਸਮੇਂ ਖੁੱਲ੍ਹੀ ਜਦੋਂ ਸੂਰਤ ਪੁਲਿਸ ਨੇ ਕਾਮਰੇਜ ਖੇਤਰ ਦੇ ਪ੍ਰਤੀਕ ਤੋਂ 2000 ਰੁਪਏ ਕਰੀਬ 203 ਨਕਲੀ ਨੋਟ ਬਰਾਮਦ ਕੀਤੇ ਸਨ। ਪੁੱਛਗਿੱਛ ਵਿੱਚ ਜਦੋਂ ਪ੍ਰਵੀਨ ਦਾ ਨਾਮ ਆਇਆ ਤਾਂ ਪੂਰੇ ਗੈਂਗ ਦਾ ਪਰਦਾ ਫਾਸ਼ ਹੋ ਗਿਆ। ਗੈਂਗ ਵੱਲੋਂ ਮੰਦਿਰ ਵਿੱਚ ਨਕਲੀ ਨੋਟ ਛਾਪਣ ਦਾ ਕੰਮ ਨਰਾਤਿਆਂ ਤੋਂ ਸ਼ੁਰੂ ਕੀਤਾ ਗਿਆ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਵਿੱਚ ਜੁਟ ਗਈ ਹੈ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।